ਗਿਆ ਉਹਦੇ ਵਿੱਚ ਇੱਕ ਵਾਰ ਕਹਿ ਕੇ ਗਿਆ ਖਾਲਸਾ ਜੀ ਆਓ ਤੱਕਣ ਦਾ ਯਤਨ ਕਰੋ। ਜਦੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦੂਜੀ ਜੰਗ ਜਿਹੜੀ ਹਰਗੋਬਿੰਦਪੁਰੇ ਦੀ ਲੜੀ, ਉਸ ਸਮੇਂ ਤੇ ਉਹਨਾਂ ਦੇ ਨਾਲ ਇੱਕ ਮਹਾਨ ਸ਼ਖਸੀਅਤ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਜਿਹੜਾ ਗੁਰੂ ਘਰ ਦੀਆਂ ਸੇਵਾਵਾਂ ਦੇ ਵਿੱਚ ਨਿਭਾਇਆ, ਗੁਰੂ ਘਰ ਦੀਆਂ ਸੇਵਾਵਾਂ ਕੀਤੀਆਂ। ਤੇ ਖਾਲਸਾ ਜੀ ਜਦੋਂ ਅੰਤਮ ਸਮਾਂ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ ਸੀ ਤੇ ਗੁਰੂ ਸਾਹਿਬਾਂ ਤੋਂ ਛੁੱਟੀ ਲਈ ਕਿ ਪਾਤਸ਼ਾਹ ਹੁਣ ਕੋਈ ਕੰਮ ਜਿਹੜਾ ਨਹੀਂ ਹੁੰਦਾ, ਗੁਰੂ ਘਰ ਦੀ ਸੇਵਾ ਜਿਹੜੀ ਇਸ ਸਰੀਰ ਤੋਂ ਨਹੀਂ ਹੁੰਦੀ, ਕਿਰਪਾ ਕਰੋ ਦਾਸ ਨੂੰ ਛੁੱਟੀ ਬਖਸ਼ ਦਿਓ। ਤੇ ਗੁਰੂ ਸਾਹਿਬਾਂ ਨੇ ਬੜੇ ਸਤਿਕਾਰ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚ ਪਹੁੰਚਾਇਆ। ਜਦੋਂ ਅੰਤਮ ਸਮਾਂ ਬਾਬਾ ਬੁੱਢਾ ਸਾਹਿਬ ਜੀ ਦਾ ਆਇਆ, ਤੱਕਣ ਦਾ ਯਤਨ ਕਰੋ ਕਿਵੇਂ ਗੁਰੂ ਨਾਨਕ ਸਾਹਿਬ ਦੀ ਛੇਵੀਂ ਜੋਤ ਨੂੰ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਯਾਦ ਕਰ ਰਹੇ ਕਿ ਮਾਲਕਾ ਮੇਰਾ ਅੰਤਮ ਸਮਾਂ ਆ ਰਿਹਾ, ਆ ਮੈਨੂੰ ਦਿਦਾਰੇ ਦੇ। ਤੇ ਜਦੋਂ ਛੇਵੇਂ ਪਾਤਸ਼ਾਹ ਨੇ ਇਹ ਅਰਦਾਸ ਬਾਬਾ ਬੁੱਢਾ ਸਾਹਿਬ ਜੀ ਦੀ ਸੁਣੀ ਤੇ ਤਿਆਰੀ ਕੀਤੀ ਹੈ ਉਹਨਾਂ ਨੇ, ਤੇ ਨਾਲ ਦੇ ਸਿੱਖ ਪੁੱਛਣ ਲੱਗੇ ਹੈ ਕਿ ਗੁਰੂ ਸਾਹਿਬ ਜੀ ਕਿੱਧਰ ਦੀ ਤਿਆਰੀ ਕੀਤੀ ਹੈ, ਕਿੱਧਰ ਨੂੰ ਚਾਲੇ ਪਾਉਣੇ ਹੈ। ਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪਣੇ ਨਾਲ ਦੇ ਸਿੱਖਾਂ ਨੂੰ ਕਹਿ ਰਹੇ ਕਿ ਸਾਡਾ ਪਿਆਰਾ ਸਾਨੂੰ ਯਾਦ ਕਰ ਰਿਹਾ, ਗੁਰੂ ਘਰ ਦੇ ਅਨੰਨ ਸੇਵਕ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਯਾਦ ਕਰ ਰਿਹਾ, ਆਓ ਤੱਕਣ ਦਾ ਯਤਨ ਕਰੋ। ਗੁਰੂ ਸਾਹਿਬ ਸਿੱਖਾਂ ਨੂੰ ਅੱਜ ਕਹਿ ਰਹੇ ਜਸ ਮਿਲਦਾ ਹੈ ਸ਼ੁਭ ਕਰਮਾਂ ਨਾਲ, ਪਰ ਕਰਮ ਬਣਾਉਣੇ ਪੈਂਦੇ ਨੇ। ਜਸ ਦਿੰਦਾ ਹੈ ਜੋ ਦੁਨੀਆ ਨੂੰ, ਜਸ ਉਸ ਦੇ ਗਾਉਣੇ ਪੈਂਦੇ ਨੇ। ਇੱਕ ਉਸ ਦੀ ਨਜ਼ਰ ਸਵਾਲੀ ਲਈ, ਦਿਲ ਦਾ ਨਜ਼ਰਾਨਾ ਕਾਫੀ ਨਹੀਂ। ਮਸਤਾ ਦਿਲਦਾਰ ਦੀ ਰਹਿਮਤ ਲਈ, ਸਿਰ ਪੇਟ ਚੜਾਉਣੇ ਪੈਂਦੇ ਨੇ। ਸੁਬਾ ਹੋਈ ਤੇ ਗੋਰਾਂ ਨੇ ਸਭ ਨੂੰ ਉਠਾ ਲਿਆ, ਛੇਤੀ ਛੇਤੀ ਰਮਦਾਸ ਵੱਲ ਚਾਲਾ ਪਾ ਲਿਆ, ਛੇਤੀ ਛੇਤੀ ਰਮਦਾਸ ਵੱਲ ਚਾਲਾ ਪਾ ਲਿਆ। ਓ ਸੱਚਾ ਗੁਰੂ ਦਾ ਪਿਆਰਾ ਸਿਦਕੋ ਨਹੀਂ ਹਾਰਦਾ, ਚਲੋ ਚੱਲੀਏ ਪਿਆਰਾ ਸਾਡਾ ਵਾਜਾ ਮਾਰਦਾ, ਚਲੋ ਚੱਲੀਏ ਪਿਆਰਾ ਸਾਡਾ ਵਾਜਾ ਮਾਰਦਾ। ਸੁਬਾ ਹੋਈ ਤੇ ਗੋਰਾਂ ਨੇ ਸਭ ਨੂੰ ਉਠਾ ਲਿਆ, ਛੇਤੀ ਛੇਤੀ ਰਮਦਾਸ ਵੱਲ ਚਾਲਾ ਪਾ ਲਿਆ, ਛੇਤੀ ਛੇਤੀ ਰਮਦਾਸ ਵੱਲ ਚਾਲਾ ਪਾ ਲਿਆ। ਸੱਚਾ ਗੁਰੂ ਦਾ ਪਿਆਰਾ ਸਿਦਕੋ ਨਹੀਂ ਹਾਰਦਾ, ਚਲੋ ਚੱਲੀਏ ਪਿਆਰਾ ਸਾਡਾ ਵਾਜਾ ਮਾਰਦਾ, ਚਲੋ ਚੱਲੀਏ ਪਿਆਰਾ ਸਾਡਾ ਵਾਜਾ ਮਾਰਦਾ। ਬਾਣੀ ਪੜੀ ਨਿਤਨੇਮ ਅਤੇ ਆਸਾ ਵਾਰਦੀ, ਜਿੰਨਾ ਦਿਲ ਚ ਵਸਾਹੀ ਕਾਰਜ ਸਵਾਰਦੀ, ਜਿੰਨਾ ਦਿਲ ਚ ਵਸਾਹੀ ਕਾਰਜ ਸਵਾਰਦੀ। ਉਹ ਸਿੱਖ ਭੁੱਖਾ ਹੈ ਸਦਾ ਹੀ ਗੁਰੂ ਦੇ ਪਿਆਰ ਦਾ, ਚਲੋ ਚੱਲੀਏ ਪਿਆਰਾ ਸਾਡਾ ਵਾਜਾ ਮਾਰਦਾ, ਚਲੋ ਚੱਲੀਏ ਪਿਆਰਾ ਸਾਡਾ ਵਾਜਾ ਮਾਰਦਾ। ਆਉਂਦੇ ਰਸਤੇ ਚ ਕਈਆਂ ਨੂੰ ਦਿਦਾਰ ਦਿੰਦੇ ਨੇ, ਗੁਰੂ ਆਪਣੇ ਪਿਆਰਿਆਂ ਨੂੰ ਪਿਆਰ ਦਿੰਦੇ ਨੇ, ਗੁਰੂ ਆਪਣੇ ਪਿਆਰਿਆਂ ਨੂੰ ਪਿਆਰ ਦਿੰਦੇ ਨੇ। ਮੇਰਾ ਦਾਤਾ ਹੈ ਸੀ ਵੱਡਾ ਪੁੰਜ ਉਪਕਾਰ ਦਾ, ਚਲੋ ਚੱਲੀਏ ਪਿਆਰਾ ਸਾਡਾ ਵਾਜਾ ਮਾਰਦਾ, ਚਲੋ ਚੱਲੀਏ ਪਿਆਰਾ ਸਾਡਾ ਵਾਜਾ ਮਾਰਦਾ। ਭਾਈ ਜੇਠਾ ਜੀ ਲੰਗਾ ਬਾਬਾ ਬਿਧੀ ਚੰਦ ਜੀ, ਪਲੋ ਪਲੀ ਜੋ ਮਕਾਈ ਆਉਂਦੇ ਨਾਲ ਪੰਦ ਜੀ, ਪਲੋ ਪਲੀ ਜੋ ਮਕਾਈ ਆਉਂਦੇ ਨਾਲ ਪੰਦ ਜੀ। ਹਰ ਵੇਲੇ ਜਿਹੜਾ ਸਾਇਆ ਰਹਿੰਦੇ ਸੀ ਦਤਾਰ ਦਾ, ਚਲੋ ਚੱਲੀਏ ਪਿਆਰਾ ਸਾਡਾ ਵਾਜਾ ਮਾਰਦਾ, ਚਲੋ ਚੱਲੀਏ ਪਿਆਰਾ ਸਾਡਾ ਵਾਜਾ ਮਾਰਦਾ। ਵਾਦਾ ਬਾਬਾ ਜੀ ਨਾ ਕੀਤਾ ਸੀ ਜ਼ਰੂਰ ਆਉਣ ਦਾ, ਵੇਲਾ ਆ ਗਿਆ ਹੈ ਨੇੜੇ ਫਰਜ ਨਿਭਾਉਣ ਦਾ, ਵੇਲਾ ਆ ਗਿਆ ਹੈ ਨੇੜੇ ਫਰਜ ਨਿਭਾਉਣ ਦਾ। ਵੱਜੀ ਜਾਂਦਾ ਇੱਕ ਤਾਰਾ ਦਿਲ ਵਾਲੀ ਤਾਰ ਦਾ,
ਵੱਜੀ ਜਾਂਦਾ ਵੱਜੀ ਜਾਂਦਾ ਇੱਕ ਤਾਰਾ ਦੇ ਲੈ ਵਾਲੀ ਤਾਰਦਾ ਚਲੋ ਚੱਲੀਏ ਪਿਆਰਾ ਸਾਡਾ ਵਾਜਾਂ ਮਾਰਦਾ ਚਲੋ ਚੱਲੀਏ ਪਿਆਰਾ ਸਾਡਾ ਵਾਜਾਂ ਮਾਰਦਾ ਬਾਬਾ ਦਾ ਜੀ ਬ੍ਰਹਮ ਗਿਆਨੀ ਪੁੱਜੀ ਆਤਮਾ ਜਿਹਨੂੰ ਮੰਨਦੇ ਮੇਲੋ ਕੇ ਰੂਪ ਪਰਮਾਤਮਾ ਜਿਹਨੂੰ ਮੰਨਦੇ ਮੇਲੋ ਕੇ ਰੂਪ ਪਰਮਾਤਮਾ ਜਿੰਨਾ ਖੱਟਿਆ ਹੈ ਨਾ ਖੱਟਿਆ ਹੈ ਦਸ ਲਾਭ ਅਤੇ ਹਾਨੀਆਂ ਉੱਥੇ ਵੇਖੀਆਂ ਨਾ ਜਾਣ ਲਾਭ ਅਤੇ ਹਾਨੀਆਂ ਨਾ ਹੀ ਸਿੱਖਣਾ ਗੁਰੂ ਨੂੰ ਸਿੱਖ ਹੀ ਵਸਾਰਦਾ ਚਲੋ ਚੱਲੀਏ ਪਿਆਰਾ ਸਾਡਾ ਵਾਜਾਂ ਮਾਰਦਾ ਚਲੋ ਚੱਲੀਏ ਪਿਆਰਾ ਸਾਡਾ ਵਾਜਾਂ